ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਅਕਾਲ ਅਨਸੈਂਸਰਡ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਭਖਦੇ ਹੋਏ ਮਸਲਿਆਂ ਦੇ ਉੱਤੇ ਗੱਲ ਕਰਦੇ ਹਾਂ ਜੋ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੋਵੇ, ਚਾਹੇ ਰਾਜਨੀਤਿਕ ਮਸਲਾ ਹੋਵੇ ਜਾਂ ਫਿਰ ਧਾਰਮਿਕ ਸਿੱਖ ਸਫਾ ਦੇ ਨਾਲ ਸੰਬੰਧਿਤ ਮਸਲਾ ਹੋਵੇ। ਪਿਛਲੇ ਦਿਨੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਵੀਂ ਕਮੇਟੀ ਚੁਣੀ ਗਈ ਜਿਹਦੇ ਵਿੱਚ ਨਵੇਂ ਮੈਂਬਰ ਚੁਣੇ ਗਏ। ਇੱਥੇ ਮਸਲਾ ਕੀ ਹੈ ਮੈਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸ ਦੇਣਾ ਚਾਹੁੰਦਾ। ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਧਾਰਾ 11 ਦੇ ਅਨੁਸਾਰ ਜਿਹੜਾ ਹੈਗਾ ਉੱਥੇ ਕਮੇਟੀ ਚੁਣੀ ਜਾਂਦੀ ਰਹੀ ਹੈ ਹੁਣ ਤੱਕ, ਪਰ ਉੱਥੋਂ ਦੀ ਸਰਕਾਰ ਵੱਲੋਂ ਜਾਂ SGPC ਦੇ ਸਹਿਯੋਗ ਦੇ ਨਾਲ ਧਾਰਾ 11 ਦੇ ਵਿੱਚ ਸੋਧ ਕਰਕੇ ਜਾਂ ਉਹਨੂੰ ਚੇਂਜ ਕਰਕੇ ਬਦਲ ਕੇ ਇਹ ਇੱਕ ਜਿਹੜੀ ਵਿੱਚ ਕਲਮ ਪਾ ਦਿੱਤੀ ਹੈ ਕਿ ਸਰਕਾਰ ਦੇ ਨੁਮਾਇੰਦੇ, ਸਰਕਾਰ ਦੇ ਕੁਝ ਮੈਂਬਰ ਇਸ ਕਮੇਟੀ ਦੇ ਵਿੱਚ ਹੋਣਗੇ, ਜਿਹਦਾ ਸੰਗਤਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਜਦੋਂ ਦੀ ਇਹ ਗੱਲ ਜਿਹੜੀ ਹੈ ਸਾਹਮਣੇ ਆਈ ਹੈ। ਸੰਗਤ ਚਾਹੇ ਪੰਜਾਬ ਦੀ ਹੋਵੇ ਜਾਂ ਫਿਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਨਾਲ ਸੰਬੰਧਿਤ ਸੰਗਤ ਹੋਵੇ, ਸੰਗਤ ਨਹੀਂ ਚਾਹੁੰਦੀ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਮੈਂਬਰ ਨੇ ਉਹ ਸਾਡੀਆਂ ਕਮੇਟੀਆਂ ਦੇ ਵਿੱਚ ਹੋਣ, ਖਾਸ ਕਰਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਕਮੇਟੀ ਦੇ ਵਿੱਚ ਹੋਣ। ਪਰ ਇਸ ਧਾਰਾ 11 ਨੂੰ ਜਿਹੜਾ ਸੋਧ ਕੇ ਇਹ ਜਿਹੜਾ ਸੋਧ ਦਿੱਤਾ ਗਿਆ ਅਤੇ ਉਹਦੇ ਵਿੱਚ ਇਹ ਐਡ ਕਰ ਦਿੱਤਾ ਗਿਆ ਕਿ ਸਰਕਾਰ ਦੇ ਬੰਦੇ ਹੋਣਗੇ। ਸੋ ਇਸ ਵਾਰ ਵੀ ਜਿਹੜੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਕਮੇਟੀ ਚੁਣੀ ਗਈ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜੀ, 3 ਮੈਂਬਰ ਚੋਣ ਕਰਕੇ ਜਿਹੜੇ ਹਜ਼ੂਰ ਸਾਹਿਬ ਤੋਂ ਲਏ ਗਏ ਆ, 4 ਮੈਂਬਰ ਹਜ਼ੂਰੀ ਖਾਲਸਾ ਦੀਵਾਨ ਤੇ ਲਏ ਗਏ ਆ, ਉਸ ਤੋਂ ਬਾਅਦ 4 ਮੈਂਬਰ ਜਿਹੜੇ ਹੈਗੇ ਆ ਉਹ SGPC ਦੇ ਲਏ ਗਏ ਆ, ਉਹਦੇ ਵਿੱਚ 1 ਮੈਂਬਰ ਜਿਹੜਾ ਚੀਫ ਖਾਲਸਾ ਦੀਵਾਨ ਤੋਂ ਲਿਆ ਗਿਆ, 2 ਜਿਹੜੇ ਮੈਂਬਰ ਹੈਗੇ ਆ ਮਹਾਰਾਸ਼ਟਰ ਸਰਕਾਰ ਵੱਲੋਂ ਲਏ ਗਏ ਆ ਜੀ, 1 ਜਿਹੜਾ ਮੈਂਬਰ ਹੈ ਹੈਦਰਾਬਾਦ ਅਤੇ ਆਂਧਰਾ ਪ੍ਰਦੇਸ਼ ਤੋਂ ਜਿਹੜਾ ਲਿਆ ਗਿਆ ਉਹਨਾਂ ਸਰਕਾਰਾਂ ਵੱਲੋਂ, ਉਸ ਤੋਂ ਬਾਅਦ 1 ਜਿਹੜਾ ਮੈਂਬਰ ਹੋਰ ਹੈ ਉਹ ਮੱਧਿਆ ਪ੍ਰਦੇਸ਼ ਤੋਂ ਲਿਆ ਗਿਆ ਜੀ, ਅਤੇ 2 ਜਿਹੜੇ ਆ ਮੈਂਬਰ ਉਹ ਸਿੱਖ MP ਨੇ, ਉਹ ਉੱਧਰ ਦੇ ਉਸੇ ਹੀ ਸਟੇਟ ਦੇ ਨਾਲ ਸੰਬੰਧਿਤ ਨੇ। ਅਤੇ ਇਹਦਾ ਵਿਰੋਧ ਹੋਇਆ ਕੱਲ੍ਹ, ਗੋਬਿੰਦ ਸਿੰਘ ਲੌਂਗੋਵਾਲ ਜੋ SGPC ਦੇ ਪ੍ਰਧਾਨ ਨੇ ਉਹ ਹਜ਼ੂਰ ਸਾਹਿਬ ਇੱਕ ਕਮੇਟੀ ਦੀ ਚੋਣ ਵੇਲੇ ਉੱਥੇ ਮੌਜੂਦ ਸੀ, ਅਤੇ ਉੱਥੇ ਦੀਆਂ ਲੋਕਲ ਸੰਗਤਾਂ ਵੱਲੋਂ SGPC ਮੁਰਦਾਬਾਦ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਅਰੇ ਵੀ ਲਾਏ ਗਏ। ਉਹ ਮੁਰਦਾਬਾਦ ਦੇ ਜਿਹੜੇ ਉੱਥੇ ਨਾਅਰੇ ਲੱਗੇ, SGPC ਮੁਰਦਾਬਾਦ ਕਿਹਾ ਗਿਆ, ਉੱਥੇ ਝੜਪਾਂ ਵੀ ਜਿਹੜੀਆਂ ਛੋਟੀਆਂ ਮੋਟੀਆਂ ਹੋਈਆਂ ਦਿਖਦੀਆਂ ਨੇ ਪ੍ਰਕਰਮਾਂ ਦੇ ਵਿੱਚ। ਸੋ ਅੱਜ ਇਹ ਸਾਰਾ ਵਿਰੋਧ ਹੋ ਰਿਹਾ, ਪਰ ਜਦੋਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਦੀ ਸੁਣੀਏ ਤਾਂ ਉਹ ਕਹਿੰਦੇ ਨੇ ਉਹ ਖੁਦ ਇਸ ਧਾਰਾ ਦੀ ਜਿਹੜੀ ਸੋਧ ਕੀਤੀ ਗਈ ਉਹਦਾ ਵਿਰੋਧ ਕਰਦੇ ਨੇ। ਇੱਥੋਂ ਤੱਕ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬੀਬੀ ਜਗੀਰ ਕੌਰ ਨੇ ਵੀ ਟਵੀਟ ਕਰਕੇ ਇਹਦਾ ਵਿਰੋਧ ਕੀਤਾ ਕਿ ਇਹਦੇ ਵਿੱਚ ਸੋਧ ਨਹੀਂ ਹੋਣੀ ਚਾਹੀਦੀ, ਸਾਨੂੰ ਆਪਣੇ ਗੁਰੂ ਧਾਮਾਂ ਦੇ ਵਿੱਚ ਸਰਕਾਰੀ ਬੰਦੇ ਨਹੀਂ ਚਾਹੀਦੇ। ਪਰ ਫਿਰ ਵੀ ਸਰਕਾਰ ਜਿਹੜੀ ਹੈ ਉਹ ਬਾਹਰੋਂ ਆਪਣਾ ਜਿਹੜਾ ਇੰਟਰਫੇਰੈਂਸ ਹੈਗਾ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਕਿਉਂ ਕਰ ਰਹੀ ਹੈ, ਵੱਡਾ ਸਵਾਲ ਪੈਦਾ ਹੁੰਦਾ। ਕੱਲ੍ਹ ਦੀਆਂ ਸਾਡੇ ਕੋਲ 2 ਵੀਡੀਓਜ਼ ਕਲਿੱਪ ਮੌਜੂਦ ਨੇ, ਆਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ, ਫਿਰ ਗੱਲਬਾਤ ਜਿਹੜੀ ਆ ਅੱਗੇ ਤੁਰਾਂਗੇ। ਮੁਰਦਾਬਾਦ ਖੰਜਰ ਕਰ ਰਹੇ ਕਹਤੇ ਵੀਡੀਓ ਬਣਾ ਉਹ ਮਾਮਾ ਜੀ ਮਾਰ ਰਹੇ ਉਹ ਰਾਣਾ ਜੀ ਮਾਰ ਰਹੇ ਦੇਖੋ ਮੇਕੋ ਹੋਰ ਮਾਰ ਰਹਾ ਆਪਣਾ ਕਰ ਲਓ।
ਇਹ ਵੀਡੀਓ ਕਲਿੱਪਸ ਦੇ ਵਿੱਚ ਸਾਫ਼ ਸੁਣਿਆ ਜਾ ਸਕਦਾ ਕਿ ਕਿਵੇਂ ਲੋਕਲ ਸੰਗਤ ਜਿਹੜੀ ਹੈ ਉੱਥੇ ਨਵੀਂ ਚੁਣੀ ਗਈ ਕਮੇਟੀ ਦਾ ਵਿਰੋਧ ਕਰਦੇ ਨੇ ਕਿ ਉਹਦੇ ਵਿੱਚ ਜੋ ਮੈਂਬਰ ਸਰਕਾਰ ਵੱਲੋਂ ਜਿਹੜੇ ਚੁਣੇ ਗਏ ਨੇ ਉਹ ਸਿੱਖਾਂ ਨੂੰ ਮਨਜ਼ੂਰ ਨਹੀਂ। ਅੱਜ ਵੀ ਜਾਗਦੀ ਜ਼ਮੀਰ ਵਾਲੇ ਸਿੱਖ ਹਰ ਜਗ੍ਹਾ ਮੌਜੂਦ ਨੇ। ਜਦੋਂ ਜਦੋਂ ਵੀ ਕੋਈ ਐਸਾ ਧੋਖਾਧੜੀ ਜਾਂ ਕੋਈ ਐਸਾ ਜਿਹੜਾ ਕੰਮ ਕੀਤਾ ਜਾਂਦਾ ਸਰਕਾਰਾਂ ਵੱਲੋਂ ਤਾਂ ਉਹਦਾ ਵਿਰੋਧ ਜ਼ਰੂਰ ਕਰਦੇ ਨੇ। ਹੁਣ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੋ ਸੋਧ ਧਾਰਾ 11 ਦੇ ਵਿੱਚ ਕਰਕੇ ਸਰਕਾਰ ਦੇ ਬੰਦੇ ਐਜ਼ ਏ ਮੈਂਬਰ ਜਿਹੜੇ ਲਏ ਜਾ ਰਹੇ ਨੇ ਇਹਨਾਂ ਨੂੰ ਬੰਦ ਕੀਤਾ ਜਾਂਦਾ ਫਿਰ ਜਾਂ ਸਰਕਾਰ ਦਾ ਜਿਹੜਾ ਪੂਰਾ ਇੰਟਰਫੇਰੈਂਸ ਸਾਡੇ ਗੁਰਦੁਆਰਿਆਂ ਦੇ ਵਿੱਚ ਜਾਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਉੱਥੇ ਰਹਿੰਦਾ। ਸੋ ਸਾਡੇ ਨਾਲ ਜੁੜ ਚੁੱਕੇ ਜੀ ਪੰਜਾਬ ਦੀ ਧਰਤੀ ਤੋਂ ਭਾਈ ਤਜਿੰਦਰ ਸਿੰਘ ਹੋਰੀ। ਆਓ ਉਹਨਾਂ ਕੋਲ ਜਾਣਦੇ ਹਾਂ ਇਹ ਮਸਲਾ ਆਖਰ ਹੈ ਕੀ ਹੈ, ਕਿਉਂ ਕੀਤਾ ਜਾ ਰਿਹਾ ਐਸ ਜੀ ਪੀ ਸੀ ਦਾ ਵਿਰੋਧ, ਐਸ ਜੀ ਪੀ ਸੀ ਮੁਰਦਾਬਾਦ ਦੇ ਨਾਅਰੇ ਕਿਉਂ ਲਾਏ ਜਾ ਰਹੇ ਨੇ, ਉਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਤਜਿੰਦਰ ਸਿੰਘ ਜੀ, ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਨਵੇਂ ਮੈਂਬਰ ਚੁਣੇ ਗਏ ਨੇ ਅਤੇ ਉਹਦੀ ਵਿਰੋਧਤਾ ਹੋ ਰਹੀ ਹੈ ਉੱਥੋਂ ਦੀ ਲੋਕਲ ਸੰਗਤ ਵੱਲੋਂ, ਕੀ ਕਹਿਣਾ ਚਾਹੋਗੇ, ਕੀ ਜਾਣਕਾਰੀ ਹੈਗੀ ਹੈ ਤੁਹਾਡੇ ਕੋਲ ਉਹਦੇ ਬਾਰੇ? ਹਾਂ ਬਿਲਕੁਲ ਵੀਰ ਜੀ, ਕੱਲ ਜਿਵੇਂ ਕਿ ਦੱਸ ਰਹੀ ਇੱਥੇ ਸੀ ਤੇ ਟੀਮ ਆਪਣੀ ਇੱਥੇ ਪਹੁੰਚੀ ਹੈਗੀ ਆ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਤੇ ਕੱਲ ਲਈ ਇਹਨਾਂ ਦੀ ਪ੍ਰਧਾਨਗੀ ਦੀ ਚੋਣ ਸੀ ਤੇ ਜਿਹਦੇ ਵਿੱਚ ਕਿ ਇਹਨਾਂ ਨੇ ਨਵੇਂ ਮੈਂਬਰ ਚੋਣੇ ਸੀ ਜਿਹਦੇ ਵਿੱਚ ਜਿਵੇਂ ਕਿ ਇੱਥੋਂ ਦੇ ਪ੍ਰਧਾਨ ਹੈਗੇ ਆ ਉਹ ਇਸ ਟਾਈਮ ਦੇ ਉੱਤੇ ਭੁਪਿੰਦਰ ਸਿੰਘ ਮਿਨਹਾਸ ਪ੍ਰਧਾਨ ਇੱਥੋਂ ਦੇ ਹਜ਼ੂਰ ਸਾਹਿਬ ਜਿਵੇਂ ਕਿ ਅਫਜਲ ਨਗਰ ਬੋਰਡ ਕਿਹਾ ਜਾਂਦਾ ਹੈਗਾ ਉਹਦੇ ਪ੍ਰਧਾਨ, ਉਹਨਾਂ ਨੇ ਗੁਰਿੰਦਰ ਸਿੰਘ ਬਾਬਾ ਨੂੰ ਮੀਤ ਪ੍ਰਧਾਨ ਤੇ ਰਵਿੰਦਰ ਸਿੰਘ ਬੁਗਾਈ ਨੂੰ ਸਕੱਤਰ ਚੁਣਿਆ ਸੀ ਤੇ ਹੋਰ ਵੀ ਜਿਹੜੇ ਅਹੁਦੇਦਾਰੀਆਂ ਦਿੱਤੀਆਂ ਗਈਆਂ। ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸੀ ਗੋਬਿੰਦ ਸਿੰਘ ਲੌਂਗੋਵਾਲ ਨੇ, ਠੀਕ ਹੈ, ਫਿਰ ਕੀ ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਹੈਗੇ ਆ ਇਸ ਟਾਈਮ ਮੌਜੂਦਾ, ਬਿਲਕੁਲ ਉਹ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਸੀ ਕਿਉਂਕਿ ਜੇ ਵਿਧੀ ਦੀ ਗੱਲ ਕਰੀਏ ਤੇ ਇਸ ਬੋਰਡ ਦੇ ਵਿੱਚ ਸਾਰਿਆਂ ਦੀ ਸ਼ਮੂਲੀਅਤ ਹੁੰਦੀ ਆ। ਓਕੇ, ਜੇ ਐਸ ਜੀ ਪੀ ਸੀ ਦੇ ਮੈਂਬਰਾਂ ਦੀ ਚੋਣ ਇਹਦੇ ਵਿੱਚ ਹੁੰਦੀ ਆ, ਉਹਨਾਂ ਵੱਲੋਂ ਤਿੰਨ ਮੈਂਬਰ ਸ਼ਾਇਦ ਦਿੱਤੇ ਜਾਂਦੇ ਆ, ਇਸੇ ਤਰ੍ਹਾਂ ਬੋਰਡ ਦੇ ਤਿੰਨ ਮੈਂਬਰ ਇਲੈਕਟਡ ਮੈਂਬਰ ਹੁੰਦੇ ਆ, ਆਂਧਰਾ ਪ੍ਰਦੇਸ਼ ਦਾ ਇੱਕ ਮੈਂਬਰ ਉੱਥੋਂ ਲਿਆ ਜਾਂਦਾ ਵਾ, ਦੋ ਐਮ ਪੀ ਜਿਵੇਂ ਕਿ 17-18 ਮੈਂਬਰ ਦੇ ਟੋਟਲ ਮੈਂਬਰਾਂ ਦੇ ਵਿੱਚੋਂ ਜਿਹਨਾਂ ਨੇ ਪ੍ਰਧਾਨ ਦੀ ਚੋਣ ਕਰਨੀ ਹੁੰਦੀ ਆ, ਇਹ ਸਾਰੇ ਵੱਖੋ ਵੱਖਰੇ ਥਾਵਾਂ ਤੋਂ ਲਏ ਜਾਂਦੇ ਜਿਹਦੇ ਵਿੱਚ ਐਸ ਜੀ ਪੀ ਸੀ ਦਾ ਮੁੱਖ ਰੋਲ ਕਹਿ ਸਕਦੇ ਹਾਂ ਇਹ ਸਿਲੈਕਸ਼ਨ ਦੇ ਵਿੱਚ ਵੀ ਹੁੰਦਾ ਵਾ, ਕਿਉਂਕਿ ਨੁਮਾਇੰਦੇ ਉਹਨਾਂ ਵੱਲੋਂ ਵੀ ਤਿੰਨ ਮੈਂਬਰ ਚੁਣੇ ਹੋਏ ਜਿਹੜੇ ਐਸ ਜੀ ਪੀ ਸੀ ਦੇ, ਉਹਦੇ ਵਿੱਚ ਵਿਸ਼ੇਸ਼ ਸ਼ਿਰਕਤ ਗੱਲ ਕੀਤੀ ਸੀ ਗੋਬਿੰਦ ਸਿੰਘ ਲੌਂਗੋਵਾਲ ਨੇ ਤੇ ਕਈ ਦਿਨ ਤੋਂ ਨਾ ਇੱਥੇ ਮਤਲਬ ਕਿ ਬਾਹਰ ਪ੍ਰੋਟੈਸਟ ਤੇ ਇੱਥੇ ਸੰਗਤ ਬੈਠੀ ਸੀ ਲੋਕਲ, ਜਿੱਦਾਂ ਗੁਰਦੁਆਰਾ ਸਾਹਿਬ ਦੇ ਲਾਗੇ ਬਿਲਕੁਲ ਮੇਨ ਐਂਟਰੈਂਸ ਹੈਗੀ ਆ ਤਖ਼ਤ ਸਾਹਿਬ ਦੀ, ਉੱਥੇ ਬਾਹਰ ਸੰਗਤ ਬਹਿ ਕੇ ਇਹਦਾ ਵਿਰੋਧ ਕਰ ਰਹੀ ਸੀ। ਵਿਰੋਧ ਸੀ ਕਿ ਉੱਥੇ ਜਿਵੇਂ 11 ਨੰਬਰ ਕਲਮ ਕਿਹਾ ਜਾਂਦਾ ਇਹਨੂੰ, ਜਦੋਂ 11 ਨੰਬਰ ਦੇ ਵਿੱਚ ਸੋਧ ਕੀਤੀ ਗਈ ਸੀ, ਠੀਕ ਆ ਜੀ, ਉਹਦੇ ਵਿੱਚ ਜਿਵੇਂ ਦਲਜੀਤ ਜੀ ਇੱਥੇ ਜਿਹੜੇ ਮੈਂਬਰ ਚੋਣਦੇ ਹੈਗੇ ਆ, ਮੈਂਬਰਾਂ ਨੇ ਇੱਕ ਪ੍ਰਧਾਨ ਚੋਣਨਾ ਹੁੰਦਾ ਵਾ, ਉਹ ਆਪਣੀ ਮਰਜ਼ੀ ਦੇ ਨਾਲ ਪ੍ਰਧਾਨ ਚੋਣਨਾ, ਪਰ 11 ਨੰਬਰ ਕਲਮ ਦੀ ਸੋਧ ਕਰਕੇ ਇਸ ਟਾਈਮ ਤੇ ਸਰਕਾਰ ਪੱਖੀ ਜਿਵੇਂ ਕਹਿ ਸਕਦੇ ਹੈਗੇ ਕਿ ਭੁਪਿੰਦਰ ਸਿੰਘ ਮਨਹਾਸ ਦਾ ਥਾਂ ਵਿਰੋਧ ਕੀਤਾ ਜਾ ਰਿਹਾ, ਉਹ ਸਾਰੇ ਇਹ ਕਹਿ ਰਹੇ ਸੀ ਕਿ ਇਹ ਸਰਕਾਰ ਪੱਖੀ ਆ, ਠੀਕ ਇਹ ਮਤਲਬ ਕਿ ਇਲੈਕਟਡ ਕਮੇਟੀ ਨੇ ਨੀ ਚੁਣਿਆ, ਜਿਹੜੇ ਮੈਂਬਰ ਚੁਣੇ ਹੈਗੇ ਆ ਉਹਨਾਂ ਵੱਲੋਂ ਨੀ ਚੁਣਿਆ ਗਿਆ, ਇੱਕ ਪਾਸੇ ਸਰਕਾਰ ਵੱਲੋਂ ਦਿੱਤਾ ਗਿਆ ਵਾ, ਜੇ ਆਪਾਂ ਇਸ ਸਰਕਾਰ ਦੀ ਗੱਲ ਕਰਦੇ ਹਾਂ ਜਾਂ ਬੀਜੇਪੀ ਦੀ ਗੱਲ ਕਰਦੇ ਹਾਂ ਤੇ ਉਸ ਪਾਸੇ ਕਿਹਾ ਜਾ ਰਿਹਾ ਕਿ ਇਹ ਉਹਨਾਂ ਦਾ ਬੰਦਾ ਹੈਗਾ ਵਾ, ਤੇ ਇਸ ਚੀਜ਼ ਦਾ ਇੱਥੇ ਵਿਰੋਧ ਕੀਤਾ ਜਾ ਰਿਹਾ, ਜਿਹਦੇ ਵਿੱਚ ਕਿ ਕੱਲ ਸ਼ਮੂਲੀਅਤ ਕੀਤੀ ਸੀ ਗੋਬਿੰਦ ਸਿੰਘ ਲੌਂਗੋਵਾਲ ਨੇ ਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜਿਹੜੀ ਨਾਅਰੇਬਾਜ਼ੀ ਹੋਈ ਨਾ ਵਿਸ਼ੇਸ਼ ਤੌਰ ਤੇ ਉਹਦੇ ਵਿੱਚ ਹਜ਼ੂਰ ਸਾਹਿਬ ਦੇ ਕਿਸੇ ਵੀ ਤੁਸੀਂ ਨਾਅਰਿਆਂ ਦੇ ਸੁਣ ਸਕਦੇ ਹਾਂ, ਕੁਛ ਨੀ ਬੋਲਿਆ ਗਿਆ, ਕੇਵਲ ਵਿਰੋਧ ਤਾਂ ਜਾਰੀ ਕੀਤੀ ਗਈ ਐਸ ਜੀ ਪੀ ਸੀ ਦੀ, ਐਸ ਜੀ ਪੀ ਸੀ ਮੁਰਦਾਬਾਦ ਦੇ ਨਾਅਰੇ ਲਾਏ ਗਏ ਗੋਬਿੰਦ ਸਿੰਘ ਲੌਂਗੋਵਾਲ ਦੇ, ਵਿਰੋਧ ਤਾਂ ਬਹੁਤ ਜ਼ਿਆਦਾ, ਰਾਤ ਦਾ ਸਮਾਂ ਸੀ ਜੀ, ਧੱਕਾ ਮੁੱਕੀ ਵੀ ਬਹੁਤ ਜ਼ਿਆਦਾ ਹੋਈ, ਖਿੱਚ ਤੂੰ ਵੀ ਇੱਥੇ ਹੋਈ, ਉਸ ਟਾਈਮ ਦੇ ਵਿੱਚ ਦਾਸ ਵੀ ਉਹ ਮਾਹੌਲ ਦੇ ਵਿੱਚ ਸੀ ਤੇ ਉਹ ਜਿਹੜੀ ਵਿਰੋਧਤਾ ਸੀ ਸਾਰੀ ਉਹ ਐਸ ਜੀ ਪੀ ਸੀ ਦੀ ਕੀਤੀ ਜਾ ਰਹੀ ਸੀ ਇੱਥੇ, ਠੀਕ ਹੈ। ਇੱਕ ਕਲਮ 11 ਜਿਹੜਾ ਵਿੱਚ ਐਡ ਕੀਤਾ ਗਿਆ ਕਿ ਮਹਾਰਾਸ਼ਟਰ ਦੀ ਸਰਕਾਰ ਚੁਣੇਗੀ ਕਮੇਟੀ ਜਾਂ ਮੈਂਬਰ ਚੁਣੇਗੀ, ਇਹ ਇਹਦੇ ਬਾਰੇ ਜਾਣਕਾਰੀ ਦਿਓ ਕਿ ਕਿਉਂ ਐਸ ਜੀ ਪੀ ਸੀ ਦਾ ਨਾਮ ਲੱਗ ਰਿਹਾ ਇਹਦੇ ਵਿੱਚ, ਇਹ ਤੁਹਾਨੂੰ ਲੱਗਦਾ ਕਿ ਐਸ ਜੀ ਪੀ ਸੀ ਜਾਂ ਗੋਬਿੰਦ ਸਿੰਘ ਲੌਂਗੋਵਾਲ, ਇਸ ਤੋਂ ਬਾਅਦ ਆਪਾਂ ਇਹ ਬਾਦਲ ਪਰਿਵਾਰ 'ਤੇ ਵੀ ਆ ਜਾਂਦੇ ਹਾਂ, ਇਹਨਾਂ ਨੇ ਰਲ ਕੇ ਜਿਹੜਾ 11 ਨੰਬਰ ਵਿੱਚ ਪਵਾਇਆ ਜਾਂ ਇਹਦੇ ਬਾਰੇ ਜਿਹੜੀ ਜਾਣਕਾਰੀ ਉਹ ਜ਼ਰੂਰ ਦਿਓ ਜੀ? ਤੇ ਇਹ ਵੀ ਪਹਿਲਾਂ ਜਿੱਦਾਂ ਇੱਕ ਸੋਧ ਸੀ 11 ਨੰਬਰ ਕਲਮ ਪਹਿਲਾਂ ਚੱਲ ਰਹੀ ਸੀ ਜਿਹਦੇ ਵਿੱਚ ਕਿ ਲਿਖਿਆ ਹੋਇਆ ਸੀ ਕਿ ਜੋ ਇਲੈਕਟਡ ਕਮੇਟੀ ਜਿਹੜੀ ਕਮੇਟੀ ਹੈਗੀ ਕਮੇਟੀ ਦੇ ਮੈਂਬਰ ਹੈਗੇ ਆ ਉਹ ਪ੍ਰਧਾਨ ਚੁਣਨਗੇ, ਜਦੋਂ ਸੋਧ ਕੀਤੀ ਜਾਂਦੀ ਆ ਸੋਧ ਦੇ ਵਿੱਚ ਉਹਨਾਂ ਨੇ ਇੱਕ ਪਾਸੋਂ ਸੋਧ ਕੀਤੀ ਗਈ ਸੀ ਕਿ ਉਹਦੇ ਵਿੱਚ ਪ੍ਰਧਾਨ ਆਪ ਲਾ ਸਕਦੇ ਆ ਜਿਵੇਂ ਸਰਕਾਰ ਤੱਕ ਉਹ ਲੱਗ ਸਕਦਾ, ਉਹਦੀ ਸੋਧਾ ਕਰਕੇ ਉਦੋਂ ਤੋਂ ਹੀ ਵਿਰੋਧਤਾ ਚੱਲ ਰਹੀ ਸੀ ਜਿਹਦੇ ਵਿੱਚ ਬੜੇ ਵੱਡੇ ਪੱਧਰ ਦਾ ਵਿਰੋਧ ਜਿਹੜਾ ਹੈਗਾ ਵਾ ਉਸ ਟਾਈਮ ਦੇ ਉੱਤੇ ਵੀ ਤਾਂ ਹਰਸਿਮਰਤ ਕੌਰ ਬਾਦਲ ਨੇ ਵੀ ਕੀਤਾ, ਟਵੀਟ ਕੀਤਾ ਸੀ, ਤੇ ਜੇ ਸੁਖਬੀਰ ਬਾਦਲ ਦੀ ਵੀ ਗੱਲ ਕਰਦੇ ਹੈਗੇ ਤੇ ਉਸ ਟਾਈਮ ਵਿਰੋਧ ਕੀਤਾ ਸੀ। ਅੱਛਾ,
ਇਥੋਂ ਦੇ ਜਿਹੜੇ ਵੀਰ ਹੈਗੇ ਸੀ ਜਿਹੜੇ ਕੱਲ ਵਿਰੋਧ ਕਰ ਰਹੇ ਸੀ ਉਹਦਾ, ਉਹਨਾਂ ਦੱਸਿਆ ਕਿ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵਾ। ਅਸੀਂ ਤਾਂ ਉਹਨਾਂ ਕਿਹਾ ਕਿ ਅਸੀਂ ਪ੍ਰੋਟੈਸਟ ਕਰ ਰਹੇ ਕਿਉਂਕਿ ਦਸ ਦਿਨਾਂ ਬਾਅਦ ਗੱਲਬਾਤ ਹੋਈ ਕਿ ਤੁਸੀਂ ਕਿਉਂ ਵਿਰੋਧ ਕਰ ਰਹੇ ਆ। ਉਹਨਾਂ ਕਿਹਾ ਕਿ ਇਹੋ ਹੀ ਧਿਰ ਸਨ ਜਿਹਨਾਂ ਇਸ ਚੀਜ਼ ਦਾ ਵਿਰੋਧ ਕੀਤਾ ਸੀ, ਤੇ ਅੱਜ ਸਾਨੂੰ ਕਿਉਂ ਨੀ ਦੱਸਿਆ ਜਾ ਰਿਹਾ। ਇਹ ਅੰਦਰ ਖਾਤੇ ਆਣ ਕੇ ਪ੍ਰਧਾਨਗੀ ਦੀ ਚੋਣ ਵੀ ਹੋ ਚੁੱਕੀ ਆ, ਉਹ ਤੋਂ ਬਾਅਦ ਮੈਂਬਰ ਇਲੈਕਟ ਕਰ ਲਏ ਜਾਂਦੇ ਆ। ਅਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਦੇਖੋ ਗੇਟ ਦੇ ਬਾਹਰ ਬੈਠੇ ਹੈਗੇ ਆ, ਪਰ ਇੱਥੇ ਆਣ ਕੇ ਐਸ ਜੀ ਪੀ ਸੀ ਦਾ ਪ੍ਰਧਾਨ ਆਣ ਕੇ ਨਾਲ ਇੱਥੋਂ ਦੇ ਜੋ ਵੀ ਪ੍ਰਧਾਨ ਬਣਾਏ ਹੈਗੇ ਆ ਉਹ ਨਵੀਂ ਕਮੇਟੀ ਵੀ ਚੋਣ ਲੈਂਦੇ ਆ, ਉਹ ਚੀਜ਼ ਦਾ ਵਿਰੋਧ ਕੀਤਾ ਗਿਆ ਸੀ। ਤਾਂ ਕਰਕੇ ਮੇਨ ਇੱਥੇ ਗੋਬਿੰਦ ਸਿੰਘ ਲੌਂਗੋਵਾਲ ਦਾ ਐਸ ਜੀ ਪੀ ਸੀ ਦੇ ਪ੍ਰਧਾਨ ਦਾ ਵਿਰੋਧ ਕੀਤਾ ਗਿਆ। ਸੋ ਇੱਥੇ ਇਹ ਗੱਲ ਫਿਰ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਜੇ ਗੋਬਿੰਦ ਸਿੰਘ ਲੌਂਗੋਵਾਲ ਹੋਰੀ ਵੀ ਇਹਦਾ ਵਿਰੋਧ ਕਰਦੇ ਆ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਵਿਰੋਧ ਕੀਤਾ ਟਵੀਟ ਕਰਕੇ, ਹਰਸਿਮਰਤ ਕੌਰ ਬਾਦਲ, ਉਸ ਤੋਂ ਬਾਅਦ ਬੀਬੀ ਜਗੀਰ ਕੌਰ ਵੀ ਵਿਰੋਧ ਕਰਦੇ ਆ। ਇਹਦਾ ਮਤਲਬ ਹੈ ਕਿ ਮਹਾਰਾਸ਼ਟਰ ਸਰਕਾਰ ਜਿਹੜਾ ਜਾਣ ਕੇ ਦਖਲ ਅੰਦਾਜ਼ੀ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਕਰ ਰਹੀ ਹੈ। ਬਿਲਕੁਲ, ਇਹ ਤੋਂ ਦਲਜੀਤ ਜੀ ਸਾਫ਼ ਤੇ ਇਹੋ ਜਾਹਰ ਹੋ ਰਿਹਾ ਨਾ ਕਿ ਜਿਵੇਂ ਆਪਾਂ ਬਾਦਲ ਪੱਖੀ ਦੀ ਗੱਲ ਕਰਦੇ ਹੈਗੇ ਤੇ ਬਾਦਲ ਤੇ ਭਾਜਪਾ ਇੱਕ ਗੱਲ ਹੈਗੀ ਹੈ। ਜੇ ਹੁਣ ਆਪਾਂ ਜੇ ਪੰਜਾਬ ਦਾ ਮਾਹੌਲ ਤੋਂ ਜਾਣੂ ਹੋਈਏ, ਬੇਸ਼ੱਕ ਉਸ ਟਾਈਮ ਦੇ ਉੱਤੇ ਜੇ ਹੁਣ ਕੇਵਲ ਦੋ ਸੀਟਾਂ ਜਿੱਤੀਆਂ ਹੈਗੀਆਂ ਵਾ ਅਕਾਲੀ ਦਲ ਨੇ ਜਾਂ ਦੋ ਭਾਜਪਾ ਨੇ ਜਿੱਤੀਆਂ ਹੈਗਾ, ਫਿਰ ਮੰਤਰੀ ਮੰਡਲ ਚ ਕਿਤੇ ਨਾ ਕਿਤੇ ਦਾ ਯੋਗਦਾਨ ਆ। ਕਿਤੇ ਨਾ ਕਿਤੇ ਨੌ ਮਾਸ ਦੇ ਰਿਸ਼ਤੇ ਦੇ ਜਿਵੇਂ ਬਾਦਲ ਸਾਹਿਬ ਕਹਿੰਦੇ ਹੁੰਦੇ ਆ, ਉਹ ਰਿਸ਼ਤੇ ਦੀ ਅਜੇ ਤੱਕ ਉਹਦੀ ਬੜੀ ਮੁੜ ਕੇ ਰਿਸ਼ਤੇਦਾਰੀ ਹੈਗੀ ਆ। ਜੋ ਰਿਸ਼ਤੇ ਤੌਰ ਤੇ ਗੱਲ ਕਰਦੇ ਆ ਉਹ ਰਿਸ਼ਤਾ ਸ਼ਾਇਦ ਇੱਥੇ ਬਖੂਬੀ ਉਹ ਨਿਭਾਇਆ ਜਾ ਰਿਹਾ, ਕਿਉਂਕਿ ਕਿਤੇ ਨਾ ਕਿਤੇ ਜੇ ਪੰਜਾਬ ਦੇ ਹਲਚਲ ਦੀ ਗੱਲ ਕਰਦੇ ਹਾਂ, ਬੇਸ਼ੱਕ ਉੱਥੋਂ ਸਾਰਾ ਪਾਸਾ ਹੀ ਖਤਮ ਹੋ ਚੁੱਕਾ ਸੀ, ਅਕਾਲੀ ਦਲ ਬਿਲਕੁਲ ਹਾਰ ਦਾ ਸਾਹਮਣਾ ਵੇਖਣਾ ਪਿਆ ਕਿ ਦੋ ਥਾਵਾਂ ਤੋਂ ਬੀਜੇਪੀ ਜਿੱਤਦੀ ਆ, ਦੋ ਥਾਵਾਂ ਤੋਂ ਅਕਾਲੀ ਦਲ ਜਿੱਤਦਾ ਹੈਗਾ ਵਾ, ਤੇ ਇਹ ਜਿਹੜਾ ਭਾਜਪਾ ਦੀ ਜਿਹੜੀ ਸਾਂਝ ਸੀ ਉਹ ਸਾਂਝ ਨੂੰ ਅੱਗੇ ਤੋਰਦੇ ਹੋਏ ਸ਼ਾਇਦ ਇਹ ਫੈਸਲੇ ਲਏ ਜਾ ਰਹੇ। ਸੋ ਪੂਰੇ ਭਾਰਤ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਸਰਕਾਰਾਂ ਵੱਲੋਂ ਦਖਲ ਅੰਦਾਜ਼ੀ ਕੀਤੀ ਜਾਣੀ ਸਿੱਖਾਂ ਦੇ ਮਾਮਲਿਆਂ ਦੇ ਵਿੱਚ, ਇਹ ਸਿਰਫ ਅੱਜ ਕਮੇਟੀਆਂ ਦੇ ਵਿੱਚ ਹੀ ਨਹੀਂ ਚੁਣੇ ਗਏ, ਬਹੁਤ ਕੁਛ ਐਸਾ ਰਲਗੜ ਜਿਹੜਾ ਕੀਤਾ ਜਾ ਰਿਹਾ, ਤੇ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਖਤਰਨਾਕ ਸਿੱਖ ਕੌਮ ਵਾਸਤੇ ਇਹ ਸਾਰਾ ਕੁਛ ਹੈਗਾ? ਬਿਲਕੁਲ ਜੀ, ਇਹ ਤੇ ਆਪਾਂ ਵੈਸੇ ਹੀ ਕਹਿੰਦੇ ਕਿ ਖਤਰਨਾਕ, ਕਿਉਂਕਿ ਜਦੋਂ ਇੱਕ ਕੌਮ ਆਪਾਂ ਕਿ ਇੱਥੇ ਇੱਕ ਵੱਖਰੀ ਕੌਮ ਆ, ਇਹ ਤੇ ਸ਼ੁਰੂ ਤੇ ਹਰ ਇੱਕ ਨੂੰ ਪਤਾ ਹੈਗਾ, ਉਹਦੇ ਵਿੱਚ ਅੱਜ ਭਾਵੇਂ ਸਾਡਾ ਦੂਜਾ ਭਾਈਚਾਰਾ, ਮੈਂ ਕਿਸੇ ਨੂੰ ਮਾੜਾ ਨਹੀਂ ਕਹੂੰਗਾ, ਹਿੰਦੂ ਹੋਵੇ ਮੁਸਲਮਾਨ ਹੋਵੇ ਕੋਈ ਵੀ ਭਾਈਚਾਰਾ, ਉਹ ਸ਼ਾਇਦ ਵਿਰੋਧ ਤਾਂ ਜ਼ਰੂਰ ਕਰਦਾ, ਪਰ ਸਾਡੇ ਇੱਕ ਹਮੇਸ਼ਾ ਲਿਖਿਆ ਤਾਂ ਕਿ ਸਿੱਖ ਇੱਕ ਵੱਖਰੀ ਕੌਮ ਆ, ਉਹ ਹਰ ਇੱਕ ਨੂੰ ਪਤਾ, ਤੇ ਜਦੋਂ ਸਾਡੀ ਕੌਮ ਦੇ ਨੁਮਾਇੰਦੇ ਹੀ ਰਲਗੜ ਹੋਣਗੇ ਉਹਨਾਂ ਦੇ ਨਾਲ, ਸਾਡੀ ਕੌਮ ਦੇ ਲੀਡਰ ਰਲਗੜ ਹੋਣਗੇ, ਸਾਨੂੰ ਕਿਤੇ ਨਾ ਕਿਤੇ ਨੀਵਾਂ ਦਿਖਾਈ ਜੂ, ਪਰ ਵਿਰੋਧ ਤਾਂ ਉਹਦੀ ਜਾਰੀ ਆ। ਜੇ ਉਸ ਚੀਜ਼ ਦੀ ਗੱਲ ਕਰੀਏ, ਕੱਲ ਇੱਥੇ ਬਹੁਤ ਵੱਡੀ ਪੱਧਰ ਤੇ ਵਿਰੋਧ ਤਾਂ ਹੋਈ ਆ, ਇਸੇ ਤਰ੍ਹਾਂ ਜਿਹੜੇ ਜਾਗਦੀ ਜ਼ਮੀਰ ਵਾਲੇ ਸਿੱਖ ਆ ਉਹ ਜਾਗਦੇ ਰਹਿਣਗੇ, ਬੇਸ਼ੱਕ ਸਰਕਾਰਾਂ ਦੇ ਨਾਲ ਹੱਥ ਮਿਲਾ ਲੈਂਦੇ ਆ, ਬੇਸ਼ੱਕ ਭਾਵੇਂ ਉਹ ਅਕਾਲੀ ਦਲ ਵਾ ਭਾਵੇਂ ਉਹ ਕਾਂਗਰਸ ਪੱਖੀ ਆ, ਕੁਛ ਵੀ ਆਪਾਂ ਕਰਦੇ ਹਾਂ, ਜਦੋਂ ਸਰਕਾਰਾਂ ਨਾਲ ਹੱਥ ਮਿਲ ਵੀ ਜਾਂਦੇ ਆ, ਪਰ ਜੇ ਜਾਗਦੀ ਜ਼ਮੀਰ ਵਾਲੇ ਸਿੱਖ ਹੁੰਦੇ ਆ ਉਹ ਆਪਣੀ ਜ਼ਮੀਨ ਜਾਗ ਵੀ ਰੱਖਦੇ ਆ। ਉਹਦੇ ਵਿੱਚ ਜਿਵੇਂ ਇਸ ਟਾਈਮ ਗੱਲ ਕਰਾਂ ਤੇ ਮਨਪ੍ਰੀਤ ਸਿੰਘ ਕੁੰਜੀ ਇੱਥੋਂ ਦਾ ਇੱਕ ਇਲੈਕਟਡ ਮੈਂਬਰ ਹੈਗਾ ਜਿਹਦੇ ਨਾਲ ਕੱਲ ਦਾਸ ਦੀ ਗੱਲਬਾਤ ਹੋਈ ਸੀ, ਉਹਨੇ ਵੀ ਇਹੋ ਗੱਲ ਦੱਸੀ ਸੀ। ਅੱਛਾ, ਉਹ ਵਿਰੋਧ ਤਾਂ ਕਰ ਰਿਹਾ, ਉਹ ਰਾਤ ਦੇ ਟਾਈਮ ਵੀ ਵਿਰੋਧ ਵਿੱਚ ਸੀ ਉਹਨਾਂ ਦੇ, ਕਹਿ ਰਿਹਾ ਸੀ ਕਿ ਉਹਨੇ ਹੀ ਦਾਸ ਨੂੰ ਸਾਰੀ ਜਾਣਕਾਰੀ ਦਿੱਤੀ ਸੀ ਕਿ ਇਸ ਟਾਈਮ ਦੇ ਉੱਤੇ ਵਿਰੋਧ ਸਾਡਾ ਇਸ ਪੱਧਰ ਤੱਕ ਵੱਧ ਚੁੱਕਾ ਹੈਗਾ ਕਿ ਅਸੀਂ ਰਾਤ ਨੂੰ ਜਿਹੜਾ ਪ੍ਰਧਾਨ ਆਇਆ ਸੀ ਉਹ ਤੋਂ ਬਾਅਦ ਜਦੋਂ ਮਿਲਿਆ ਉਹਨੇ ਕਿਹਾ ਸੀ ਵਿਰੋਧ ਤਾਂ ਇਸੇ ਗੱਲ ਦੀ ਕੀਤੀ ਹੈ ਕਿ ਇਹੋ ਹੀ ਹੈਗੇ ਆ ਗੋਬਿੰਦ ਸਿੰਘ ਲੌਂਗੋਵਾਲ ਜਿਹਨਾਂ ਨੇ ਕਿਹਾ ਸੀ ਕਿ ਕਲਮ 11 ਦੇ ਵਿੱਚ ਸ਼ੋਧ ਨਹੀਂ ਹੋਣੀ ਚਾਹੀਦੀ, ਇਹ ਜਿਹੜੇ ਜਿਸ ਤਰ੍ਹਾਂ ਚੱਲਦੀ ਆ ਰਿਹਾ ਹੈਗਾ ਪਿੱਛੇ ਤੋਂ ਉਸੇ ਤਰ੍ਹਾਂ ਹੀ ਚੱਲਣਾ ਚਾਹੀਦਾ ਵਾ। ਜੇ ਟਵੀਟ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਜਾਂ ਟਵੀਟ ਕਰਕੇ ਸੁਖਬੀਰ ਸਿੰਘ ਬਾਦਲ ਕਹਿੰਦੇ ਹੈਗੇ ਆ, ਤੇ ਇਹਨਾਂ ਨੂੰ ਅਜੇ ਵੀ ਵਿਰੋਧ ਜਾਰੀ ਰੱਖਣਾ ਚਾਹੀਦਾ ਸੀ, ਕਿਉਂ ਅੱਜ ਇਸ ਚੀਜ਼ ਤੋਂ ਭਗੌੜੇ ਹੋ ਚੁੱਕੇ ਆ, ਕਿਉਂ ਇਸ ਤਰ੍ਹਾਂ ਕਰ ਰਿਹਾ, ਉਸ ਚੀਜ਼ ਦਾ ਰਾਤ ਨੂੰ ਇਹਨਾਂ ਨੇ ਕੱਲ ਸ਼ਾਮ ਦਾ ਟਾਈਮ ਹੋਊਗਾ, ਕਿਉਂਕਿ ਰਹਿਰਾ ਸਾਹਿਬ ਦਾ ਟਾਈਮ ਸੀ, ਰਹਿਰਾ ਸਾਹਿਬ ਤੋਂ ਬਾਅਦ ਅਰਦਾਸ ਬੇਨਤੀ ਹੁੰਦੀ ਆ, ਅਰਦਾਸ ਬੇਨਤੀ ਤੋਂ ਬਾਅਦ ਦੇ ਵਿੱਚ ਬਾਹਰ ਪਾਸੇ ਆਣ ਕੇ ਜਦੋਂ ਗੋਬਿੰਦ ਸਿੰਘ ਲੌਂਗੋਵਾਲ ਅੰਦਰ ਨੂੰ ਜਾ ਰਹੇ ਸੀ ਤੇ ਦਾਸ ਨੇ ਵੀ ਉਸ ਟਾਈਮ ਦੇ ਉੱਤੇ ਕੁਛ ਸਾਡੇ ਕੋਲ ਸਵਾਲ ਸੀ, ਉਹਨਾਂ ਨਾਲ ਗੱਲਬਾਤ ਕਰਨੀ ਸੀ ਕਿ ਇੰਨੇ ਵਿਰੋਧ ਦੇ ਬਾਵਜੂਦ ਵੀ ਤੁਸੀਂ ਕਮੇਟੀ ਚੁਣੀ ਆ, ਉਸ ਤੋਂ ਬਾਅਦ ਉਹਨਾਂ ਪ੍ਰੈਸ ਕਾਨਫਰੰਸ ਵੀ ਰੱਦ ਕਰ ਦਿੱਤੀ ਸੀ, ਕਿਸੇ ਨੂੰ ਮਿਲਣ ਦਾ ਮੌਕਾ ਵੀ ਨਹੀਂ ਦਿੱਤਾ ਉਹਨਾਂ ਨੇ ਇਸ ਵਿਰੋਧ ਦੇ ਬਾਵਜੂਦ। ਚਲੋ, ਉਹਨਾਂ ਨੇ ਟਾਈਮ ਦਿੱਤਾ ਸੀ ਕਿ ਆਪਾਂ ਪ੍ਰੈਸ ਨੂੰ ਮਿਲਾਂਗੇ, ਪ੍ਰੈਸ ਨਾਲ ਗੱਲਬਾਤ ਕਰਾਂਗੇ, ਉੱਤੋਂ ਜਦੋਂ ਵਿਰੋਧ ਹੋਇਆ ਤੇ ਦਲਜੀਤ ਜੀ ਕਿਸੇ ਪ੍ਰੈਸ ਨੂੰ ਨਹੀਂ ਮਿਲੇ, ਉੱਥੇ ਹਫੜਾ ਦਫੜੀ ਮੱਚ ਗਈ ਸੀ, ਇੱਥੇ ਦੀ ਜਿਹੜੀ ਪ੍ਰਸ਼ਾਸਨ ਸੀ ਉਹ ਵੀ ਬਾਹਰੋਂ ਆ ਚੁੱਕਾ ਸੀ, ਕੁਛ ਹਜ਼ੂਰ ਸਾਹਿਬ ਦੇ ਜਿਹੜੇ ਨੁਮਾਇੰਦੇ ਸੀ ਉਹ ਅੱਗੇ ਹੋ ਕੇ ਬਚਾਅ ਪੱਖ ਦੇ ਵਿੱਚ ਸੀ, ਤੇ ਕੁਛ ਦੂਜੇ ਧਿਰਾਂ ਜਿਹੜੀ ਆਪੋਜਿਟ ਸੀ ਉਹ ਦੂਜੇ ਪਾਸੋਂ ਨਾਅਰੇਬਾਜ਼ੀ ਕਰ ਰਹੀਆਂ ਸੀ, ਤੇ ਐਸ ਜੀ ਪੀ ਸੀ ਦਾ ਪੂਰਾ ਵਿਰੋਧ ਕੀਤਾ ਗਿਆ ਇੱਥੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਜਿਹੜੀ ਜਾਣਕਾਰੀ ਤਾਜ਼ਾ ਜਾਣਕਾਰੀ ਜਿਹੜੀ ਆ ਉਹਨਾਂ ਹਾਲਾਤਾਂ ਬਾਰੇ ਦਿੱਤੀ ਹੈ ਜੀ। ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੁੱਦੇ ਦੇ ਉੱਤੇ ਜੇਕਰ ਜਾਣਕਾਰੀ ਚਾਹੀਦੀ ਹੋਏ ਤੁਹਾਡੇ ਨਾਲ ਫਿਰ ਤੋਂ ਅਸੀਂ ਸੰਪਰਕ ਕਰਾਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਇੱਥੇ ਹੀ ਫਤਿਹ ਦੀ ਸਾਂਝ ਪਾਉਂਦੇ ਭਾਈ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ,
कि जेकर भाई गोबिंद सिंह लौंगोवाल जो प्रधान ने एस जी पी सी के जेकर धारा जी 11 हैगी है उस सोध का विरोध करते हैं तो फिर उ खुद की कर गए सी जदों एक कमेटी चुनी गई है उस खुद हाजिर सन। सो ये गल् सारिया जड़िया वे सवाल पैदा कर दें। जे हूँ आप गल करते हैं बादल परिवार की तो इन वालों भी जोड़ा विरोध अपना ट्वीट करके जताया गया कि सरकार के इंटरफेरेंस सिखा के मामलों के सिखा दमेटिया के नहीं होने चाहिए। सिख खुद अपनी संस्था अपने गुरुधामों गुरद्वारा साहबानों कमेटिया चला सकते हैं। सो ये ही अज का प्रोग्राम असं समाप्त करते हैं। होर जानकारी के फिर तो जरा रूबरू होवे। वाहेगुरू जी का खालसा वाहेगुरू जी की फतेह जी। अकाल चैनल नू सब्सक्राइब करो। नवी वीडियोस दी नोटिफिकेशन दे लई बेल आइकन नू क्लिक करना ना भूलना।